ਮੈਂ ਕਿਹਾ ਹੁਣ ਉਸ ਟਾਈਮ ਸੀਗਾ। ਇਹ ਦੇਖੋ ਜੀ 4 ਨੰਬਰ ਥਾਣਾ ਅਤੇ ਯਕਦਮ ਹੀ MLA ਸਾਹਿਬ MLA ਜਲੰਧਰ ਸੈਂਟਰਲ ਰਮਨ ਅਰੋੜਾ ਜੀ ਯਕਦਮ ਹੀ ਮੈਂ ਗੱਡੀ ਦੇਖ ਕੇ ਇਹਨਾਂ ਦੇ ਮਗਰ ਆ ਗਿਆ ਜੀ। ਰਮਨ ਜੀ ਪਹੁੰਚੇ ਨੇ MLA ਸਾਹਿਬ 4 ਨੰਬਰ ਥਾਣੇ ਦੇ ਵਿੱਚ ਅਚਾਨਕ ਦੌਰਾ ਕਰਨ। ਤੁਹਾਨੂੰ ਦਿਖਾਉਂਦੇ ਹਾਂ ਕਿ ਆਪ ਦੀ ਸਰਕਾਰ ਬਣੀ ਆ, ਆਮ ਆਦਮੀ ਬਣ ਕੇ ਰਾਤ ਨੂੰ 11:30 ਹੋ ਰਹੇ ਆ। ਦੇਖੋ ਕੀ ਕਹਿੰਦੇ ਨੇ, ਕੀ ਗੱਲ ਕਰਦੇ ਨੇ MLA ਰਮਨ ਅਰੋੜਾ ਜੀ। MLA ਸਾਹਿਬ ਆ ਗਏ ਨੇ ਥਾਣੇ ਦੇ ਵਿੱਚ। MLA ਸਾਹਿਬ ਥਾਣੇ ਦੇ ਵਿੱਚ ਆ ਗਏ ਨੇ, ਮੌਕੇ ਤੇ ਦੌਰਾ ਕਰ ਰਹੇ, ਦੇਖ ਰਹੇ ਆ। ਰਾਤ ਦੇ 11:30 ਵੱਜ ਰਹੇ ਆ। MLA ਸਾਹਿਬ ਖੁਦ ਮੌਕੇ ਦੇ 4 ਨੰਬਰ ਥਾਣੇ 'ਚ ਪਹੁੰਚੇ ਆ ਔਰ ਜਿਹੜੀ ਦਰਖਾਸਤ ਆ ਰਹੀ ਲੋਕਾਂ ਵੱਲੋਂ ਦੇਖ ਵੀ ਰਹੇ ਆ ਔਰ ਮਾਹੌਲ ਦਾ ਜਾਇਜ਼ਾ ਲੈ ਰਹੇ ਆ। ਤੁਸੀਂ ਦੇਖ ਰਹੇ ਹੋ ਜਲੰਧਰ ਦੇ 4 ਨੰਬਰ ਥਾਣੇ ਤੋਂ ਲਾਈਵ ਹੋ ਰਹੇ ਹਾਂ। ਜਲੰਧਰ ਸੈਂਟਰਲ ਦੇ MLA ਰਮਨ ਅਰੋੜਾ ਜੀ 4 ਨੰਬਰ ਥਾਣੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਔਰ ਸੁਰੱਖਿਆਵਾਂ ਨੂੰ ਲੈ ਕੇ ਕਿ ਇਲਾਕੇ ਦੇ ਵਿੱਚ ਸੁਰੱਖਿਆ ਵਿਵਸਥਾ ਬਣੀ ਰਹੇ ਉਹਦੇ ਲਈ ਮੌਕੇ 'ਤੇ ਪਹੁੰਚੇ ਔਰ ਜਾਇਜ਼ਾ ਲੈ ਰਹੇ ਆ। ਆਪਾਂ ਹੁਣ ਗੱਲ ਕਰਾਂਗੇ MLA ਸਾਹਿਬ ਨਾਲ। ਮੈਂ ਕਿਹਾ MLA ਸਾਹਿਬ ਆਏ ਆਪਣੇ ਜਿੱਥੇ
मेरे दिमाग पे बहुत बहुत ज्यादा मैं कहा है सवेरे पहला साबन छोड़ता ओपन से आप करी ओपन ब्राउन गया ब्रो फिर सुनील से सुनील ऐसे की ड्यूटी तो है ऐसे सर वाइल आगे सर ओ लाइव सुनील सर ਕਿਹੜੀ ਜਗ੍ਹਾ ਆਪਣੇ ਆ ਬਸਤੀ ਦਾ ਸੰਗ ਉਹ ਅਫਰੀਕਾ ਟੈਂਡੀ ਨੂੰ ਨਹੀਂ ਉਹ ਇੱਥੇ ਬੜੇ ਸਾਨੂੰ ਦੋ ਵੇ ਸੀ ਨਾ ਤੇ ਕਿਤੇ ਕੰਪਲੀਟ ਕੀਤੀ ਜਾ ਰਹੀ ਹੈ ਹਾਂਜੀ ਇਹ ਕੰਪਲੀਟ ਕਿਤੇ ਕਰ ਚੁੱਕੀ ਨਹੀਂ ਬਿਆਨ ਲੈ ਕੇ ਲਿਆ ਜੀ ਮੈਂ ਕਰਵਾਉਂਦਾ ਸੀ ਕੰਨਾਂ ਦੀ ਬਸ ਨਹੀਂ ਪਰ ਕੋਈ ਤੋਂ ਨਹੀਂ ਫਾਰਸ ਤੇ ਮਿੱਟੀ ਹੋ ਗਈ ਨਹੀਂ ਬਿਆਨ ਬਿਆਨ ਲਿਖਨੇ ਹਰ ਬਿਆਨ ਦੇ ਪੱਤਰ ਲਿਖਣਾ ਨਹੀਂ ਮਿੱਟੀ ਹੋ ਨਹੀਂ ਲਿਖੇ ਵੀ ਨੋਟ ਕਰੋ ਐਡਰੈਸ ਚਲੋ ਆਪਾਂ ਚਲੀਏ ਉਹਨਾਂ ਦੇ ਮੌਕੇ ਅੱਜ ਕਿਹੜੀ ਜਗ੍ਹਾ ਬਾਜੀ ਸੀਗਾ ਅੰਜੂ ਵਾਲਾ ਵਾਈਫ ਆਫ ਮੈਂ ਦੇ ਦਵਾਂ ਤਾਂ ਦੱਸ ਕੇ ਕਿਹੜਾ ਦੇ ਨਿਵਾਸੀ ਕਿਹੜੀ ਜਗ੍ਹਾ ਸਤਨਾਮ ਨਗਰ ਗਾਖਲਾ ਰੋਡ ਬਸੀ ਜਾ ਜਾਂਦਾ ਠੀਕ ਉਹਨਾਂ ਦੇ ਕੀ ਹੋਇਆ ਉਹਨਾਂ ਨੇ ਹਾਂਜੀ ਕੀ ਕਹਿੰਦੇ ਉਹ ਬਿਆਨ ਲਿਖ ਲੈਂਦੇ ਬਸ ਪਰਚਾ ਦੇਣ ਲੱਗੇ ਨਹੀਂ ਹੁਣ ਅੱਛਾ ਕੀਤੀ ਇਹਨਾਂ ਦੀ ਜਿਹੜੀਆਂ ਕੰਪਲੀਟ ਕਰੀ ਸਾਡੀ ਇਹ ਤਾਂ ਤੁਸੀਂ ਹੱਲ ਕਰ ਰਹੇ ਹੋ ਬਾਕੀ ਵੀ ਇਹਨਾਂ 'ਤੇ ਕੀ ਕਾਰਵਾਈ ਕੀਤੀ ਸੀ ਅੱਜ ਕੋਈ ਕੰਪਲੇਂਟ ਨਹੀਂ ਅੱਜ ਤਾਂ ਸਰ ਵੀ ਐਫ ਤੋਂ ਹੋਰ ਨੇ ਨਾ ਉਹ ਇੱਥੇ ਨਹੀਂ ਕਿਸੇ ਤੁਸੀਂ ਨਹੀਂ ਪਤਾ ਲੱਗਦਾ ਕਲੀਅਰ ਹੋ ਗਿਆ ਕਿ ਨਹੀਂ ਹੋਇਆ ਜਾਂ ਉਹਨੂੰ ਜਦੋਂ ਕਲੀਅਰ ਹੁੰਦਾ ਨਾ ਸਰ ਕਿ ਮੈਨੂੰ ਦੇ ਦਿੰਦੇ ਹੁੰਦੇ ਆ ਅੱਛਾ ਜੀ ਅਸੀਂ ਫਿਰ ਉਹ ਸੀਨ ਫਾਈਲ ਕਰਕੇ ਤੇ ਕੀ ਹੈਗਾ ਵਾ ਕਾਹਦੀ ਕੰਪਲੇਂਟ ਇਹ ਕੰਪਲੇਂਟ ਹੈ ਵੀ ਰਾਹੁਲ ਅਧੀਨ ਦਾ ਇਸ ਤੋਂ ਰਾਹੁਲ ਪਤਾ ਤੁਸੀਂ ਦਾ ਚੋਰੀ ਮੰਨ ਲਈ ਲੈ ਕੇ ਮੋਟਰਸਾਈਕਲ ਰੰਗ ਕਲਾ ਚੋਰੀ ਇਹਦਾ ਮੋਟਰਸਾਈਕਲ ਚੋਰੀ ਹੋ ਗਿਆ ਅੱਛਾ ਜੀ ਇਹ ਇਹ ਹੈ ਜੀ ਮੇਰੇ ਸਵਾਲੀਆ ਸਿਲਵਾਤਾ ਜ਼ਬਰ ਤੋਂ 5500 ਰੁਪਏ ਨਾਮ ਦੇ ਵਿਅਕਤੀ ਤੋਂ ਚੋਰੀ ਕਰਕੇ ਲੈ ਜਾਣ ਸੀ ਜੀ ਅੱਛਾ ਹਾਂਜੀ ਚੋਰੀ ਦੀਆਂ ਕੰਪਲੇਂਟਾਂ ਜ਼ਿਆਦਾ ਹਾਂਜੀ ਹਾਂਜੀ ਇਹ ਦੇਖਿਓ ਜੀ ਇਹ ਸਾਡੇ ਜੀ ਨੀਰਜ ਗੁਪਤਾ ਕਿਰਾਫ ਗੁਪਤਾ ਮੋਟਰ ਬਰਕਲਾ ਸੋਨੂੰ ਮਿਸਰਾ ਬਣੋ ਬਿਨਾ ਸੋਨੂੰ ਮਿਸਰਾ ਬਿਨਾ ਲੋਨ ਕਰਵਾਏ ਹਾਂਜੀ ਸ਼ੋਰੂਮ ਜਾਮਾ ਮੋਟਰਸਾਈਕਲ ਚੌਂਕ ਤੋਂ ਮੋਟਰਸਾਈਕਲ ਧੋਖਾ ਦੇ ਕੰਮ ਸੁਣਦੀ
दो चीजा भी दो बंदे आर ਮੁਲਾਜ਼ਮ ਕਿੰਨੇ ਆਏ ਵਾਪਸ ਆਪਣੇ ਥਾਣੇ ਕਿੰਨੇ ਵਾਪਸ ਆਏ ਜਿਹੜੇ ਬਾਹਰ ਸਕਿਉਰਿਟੀ ਵਾਲੇ ਆਏ ਬੰਦੇ ਚਲੋ ਦੇਖੋ ਸਰਕਾਰ ਆਪਾਂ ਇਮਾਨਦਾਰੀ ਨਾਲ ਸਾਰੇ ਨੇ ਕੰਮ ਕਰਨੇ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਕਿਸੇ ਨੂੰ ਪਰੇਸ਼ਾਨੀ ਦਾ ਸਬੱਬ ਨਾ ਠੀਕ ਹੈ ਬਾਕੀ ਮੈਂ ਉਮੀਦ ਕਰਦਾ ਤੁਸੀਂ ਸਾਡਾ ਸਾਰੇ ਸਾਥ ਦਿਓਗੇ ਅਤੇ ਆਪਾਂ ਵਧੀਆ ਔਰ ਅੱਛੀ ਇਮਾਨਦਾਰ ਸਰਕਾਰ ਲੈ ਕੇ ਆਈਏ ਕਿਉਂਕਿ ਆਮ ਆਦਮੀ ਪਾਰਟੀ ਨੂੰ ਜੇ ਜਿਤਾਇਆ ਵਾ ਤੁਸੀਂ ਜਿਤਾਇਆ ਬਿਲਕੁਲ ਮੁਲਾਜ਼ਮ ਵੀਰਾਂ ਨੇ ਜਿਤਾਇਆ ਔਰ ਅਸੀਂ ਬੜਾ ਭਰੋਸਾ ਕਰਕੇ ਜਿੱਦਾਂ ਤੁਸੀਂ ਸਾਡੇ 'ਤੇ ਭਰੋਸਾ ਕੀਤਾ ਨਾ ਵੀ ਇਹ ਸਰਕਾਰ ਆਊਗੀ ਅੱਛੇ ਕੰਮ ਕਰੂਗੀ ਅਸੀਂ ਵੀ ਇਸੇ ਭਰੋਸੇ ਦੇ ਨਾਲ ਤੁਹਾਡੇ ਨਾਲ ਚੱਲਣਾ ਚਾਹੁੰਦੇ ਵੀ ਅਸੀਂ ਰਲ ਕੇ ਆਪਾਂ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਵਧੀਆ ਬਣਾਈਏ ਵੀ ਸਾਨੂੰ ਪਤਾ ਲੱਗੇ ਵੀ ਅਸੀਂ ਜਿਹੜੀ ਸਰਕਾਰ ਆਈ ਹੈ ਉਹਨੇ ਅੱਛੇ ਕੰਮ ਕੀਤੇ ਠੀਕ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ ਮੈਂ ਬਸ ਤੁਹਾਡੇ ਕੋਲ ਸਿਰਫ ਕੋਆਪਰੇਸ਼ਨ ਦੀ ਉਮੀਦ ਕਰਦਾ ਠੀਕ ਹੈ ਸਰ ਲਾਈਟ ਚੈਕਿੰਗ ਚਾਰ ਨੰਬਰ ਡਿਵੀਜ਼ਨ 'ਚ ਕੀ ਦੇਖਣ ਨੂੰ ਮਿਲਿਆ ਤੁਹਾਨੂੰ ਮੈਂ ਦੇਖਿਆ ਇੱਥੇ ਸਾਰਾ ਰਜਿਸਟਰ ਵਗੈਰਾ ਦੇਖਿਆ ਹਰ ਚੀਜ਼ ਠੀਕ ਆ ਹਰ ਅਫਸਰ ਡਿਊਟੀ 'ਤੇ ਤੈਨਾਤ ਆ ਬੜੀ ਮੈਨੂੰ ਖੁਸ਼ੀ ਹੋਈ ਆ ਇਹ ਦੇਖ ਕੇ ਵੀ ਸਾਡੇ ਜਿਹੜੇ ਮੁਲਾਜ਼ਮ ਵੀਰ ਆ ਉਹ ਬੜੀ ਅੱਛੀ ਤਰ੍ਹਾਂ ਬਖੂਬੀ ਇਸ ਆਪਣੇ ਕਾਰਜ ਨੂੰ ਨਿਭਾ ਰਹੇ ਆ ਮੈਂ ਹੁਣੇ ਜਿਹੜੇ ਇਸ ਵੇਲੇ ਮੋਕਾ ਇੰਚਾਰਜ ਸੀਗੇ ਉਹਨਾਂ ਨਾਲ ਗੱਲ ਕੀਤੀ ਉਹ ਵਿਚਾਰੇ ਰਾਤ ਦੇ 11 ਵਜੇ ਕਿਸੇ ਉਹ ਬਿਆਨ ਲੈਣ ਗਏ ਉਹਦੀ ਮੈਂ ਤਰੀਕ ਕੀਤਾ ਵਾਕਈ ਉਹ ਬਿਆਨ ਲੈ ਕੇ ਆਏ ਆ ਔਰ ਮੈਨੂੰ ਖੁਸ਼ੀ ਆ ਵੀ ਜਿਸ ਤਰ੍ਹਾਂ ਅਸੀਂ ਲੋਕ ਕੰਮ ਨੂੰ ਅੱਛੇ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਔਰ ਮੇਰੇ ਵੀਰ ਉਸੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਆ ਮੈਂ ਇਹਨਾਂ ਨੂੰ ਸਲੂਟ ਕਰਾਂ ਐਜ਼ ਅ ਵਿਧਾਇਕ ਤੁਹਾਨੂੰ ਮੁਸ਼ਕਲਾਂ ਸੀਆਂ ਇਹਨਾਂ ਨੇ ਪੁਲਿਸ ਨਾਲ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਹਾਲੇ ਤਾਂ ਇਹਨਾਂ ਨੇ ਕੋਈ ਮੇਰੀ ਇਸ ਮੁਤਲਕ ਕੋਈ ਮੁਸ਼ਕਲਾਂ ਦੀ ਗੱਲ ਨਹੀਂ ਹੋਈ ਕੋਈ ਇੱਦਾਂ ਦੀ ਗੱਲ ਨਹੀਂ ਇਹਨਾਂ ਨੇ ਵੀ ਕੋਈ ਮੁਸ਼ਕਲ ਜ਼ਾਹਰ ਨਹੀਂ ਕੀਤੀ ਹਰ ਚੀਜ਼ ਵਧੀਆ ਔਰ ਮੈਨੂੰ ਇੱਕ ਹੋਰ ਬਹੁਤ ਅੱਛੀ ਇੱਥੇ ਆ ਕੇ ਚੀਜ਼ ਲੱਗੀ ਵੀ SHO 2 ਮੇਰੇ ਦੋਸਤ ਬਲਵਿੰਦਰ ਸਿੰਘ ਜੀ ਵੀ ਡਿਊਟੀ 'ਤੇ ਆਏ ਹੋਏ ਆ ਚੈਕਿੰਗ 'ਤੇ ਅਤੇ ਇਹ ਤੋਂ ਪਤਾ ਲੱਗਦਾ ਵੀ ਹਰ ਜਿਹੜਾ ਪੁਲਿਸ ਮੁਲਾਜ਼ਮ ਹੁਣ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲੱਗਾ ਵੀ ਆਪਾਂ ਸ਼ਹਿਰ ਦਾ ਵਿਕਾਸ ਔਰ ਸ਼ਹਿਰ ਨੂੰ ਜਿਹੜਾ ਕ੍ਰਾਈਮ ਜਿਹੜਾ ਹੋ ਰਿਹਾ ਉਹਨੂੰ ਉੱਤੋਂ ਮੁਕਤ ਕਰਨਾ ਬੜੀ ਖੁਸ਼ੀ ਵਿਧਾਇਕ ਜੀ ਦੇਖਿਆ ਜਾਂਦਾ ਪਿਛਲੇ ਕਈ ਸਾਲਾਂ 'ਚੋਂ ਕਈਆਂ ਸਰਕਾਰਾਂ ਆਈਆਂ ਕਈ ਗਈਆਂ ਪਰ ਆਮ ਆਦਮੀ ਪਾਰਟੀ ਤੁਸੀਂ ਜਿੱਤ ਹਾਸਿਲ ਕਰਕੇ ਹਲਕਾ ਸੈਂਟਰ ਦੇ ਵਿੱਚ ਵਿਧਾਇਕ ਬਣੇ ਹੋ ਪਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਆਪਣੀ ਪਾਰਟੀ ਜ਼ਿੰਮੇਵਾਰੀ ਸਮਝਦੇ ਤੁਸੀਂ ਚੈਕਿੰਗ 'ਤੇ ਆਇਓ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੁਰਾਣੇ ਵਿਧਾਇਕਾਂ ਨੇ ਨਹੀਂ ਕੀਤਾ ਉਹ ਉਹਨਾਂ ਦੀ ਗਲਤੀ ਹੈ ਜੀ ਸਾਡਾ ਇਹ ਰੂਟੀਨ ਵਰਕ ਹੈ ਅਸੀਂ ਤਾਂ ਟਾਈਮ ਟੂ ਟਾਈਮ ਹਰ ਜਗ੍ਹਾ ਚੈਕਿੰਗ ਕਰਾਂਗੇ ਇਹਦਾ 'ਚ ਕੋਈ ਦੋ ਰਾਏ ਨਹੀਂ ਹੈਗੀ ਔਰ ਸਾਨੂੰ ਪਤਾ ਹੈ ਸਾਡੇ ਜਿਹੜੇ ਮੁਲਾਜ਼ਮ ਵੀਰ ਹੈ ਬੜੀ ਅੱਛੀ ਡਿਊਟੀ ਕਰਦੇ ਆ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਅੱਜ ਸਵੇਰੇ ਸਾਡੇ ਕਿਸੇ ਸੱਜਣ ਦੇ ਗੱਡੀ ਮਾਰ ਗਏ ਸੀਗੇ ਉਸ ਮੁਤਲਕ ਫਿਰ ਉਹਨਾਂ ਨੇ ਕੰਪਲੇਨ ਲਿਖਾਈ ਸੀ ਮੈਨੂੰ ਬੜੀ ਖੁਸ਼ੀ ਆ ਸੁੱਚਾ ਸਿੰਘ ਜੀ ਇੱਥੇ ਮੇਰੇ ਕੋਲ ਖੜ੍ਹੇ ਆ ਇਹਨਾਂ ਨੇ ਬੜੀ ਬੇਖੂਬੀ ਦੇ ਨਾਲ ਹੀ 2 ਘੰਟੇ 'ਚ ਉਹ ਕਾਰਵਾਈ ਕਰਕੇ ਬੰਦੇ ਰੈਸਟ ਕਰਾਏ ਮੈਨੂੰ ਇਹਨਾਂ 'ਤੇ ਬੜੀ ਖੁਸ਼ੀ ਆ ਜੀ ਇੱਦਾਂ ਦੀ ਕੋਈ ਗੱਲ ਨਹੀਂ ਇੱਦਾਂ ਦੇ ਮੁਲਾਜ਼ਮ ਵੀਰ ਜਿਹੜੇ ਇੰਨੀ ਜਲਦੀ ਔਰ ਮੈਨੂੰ ਜਿਹਨਾਂ ਜਿਹਨਾਂ ਦੀ ਕੰਪਲੇਂਟ ਸੀ ਉਹਨਾਂ ਦੇ ਵਿਚਾਰਿਆਂ ਦਾ ਮੈਨੂੰ ਫੋਨ ਆਇਆ ਔਰ ਸਭ ਤੋਂ ਬੜੀ ਗੱਲ ਹੈ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕੀਤਾ ਵੀ ਸਰ ਉਹ ਕੰਮ ਹੋ ਗਿਆ ਔਰ ਬੜੀ ਖੁਸ਼ੀ ਦੀ ਗੱਲ ਆ ਉਸ ਬੰਦੇ ਨੇ ਮੈਨੂੰ ਕਿਹਾ ਵੀ ਭਾਅ ਜੀ ਮਜ਼ਾ ਆ ਗਿਆ ਵੀ 2 ਘੰਟੇ ਦੇ ਵਿੱਚ ਸਾਡਾ ਮਸਲਾ ਹੱਲ ਹੋ ਗਿਆ ਅਤੇ ਇਹੀ ਤਾਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਆ ਤਾਂ ਹੀ ਤਾਂ ਦੇਖੋ ਸਾਡੇ ਦੋਸਤ ਇੰਨੇ ਵਧੀਆ ਜਦੋਂ ਕੰਮ ਕਰੋਗੇ ਤਾਂ ਮੈਨੂੰ ਵੀ ਤਾਂ ਪ੍ਰਾਊਡ ਹੋਏਗਾ ਜੀ ਓਕੇ ਸਰ ਥੈਂਕ ਯੂ ਸਰ ਗੁੱਡ ਨਾਈਟ ਓਕੇ ਤੁਸੀਂ ਦੇਖਿਆ ਹੋਣਾ ਦੋਸਤੋ ਕਿ ਆਮ ਆਦਮੀ ਪਾਰਟੀ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੀ ਖੁਦ 4 ਨੰਬਰ ਥਾਣੇ ਦੇ ਵਿੱਚ ਮੌਕੇ ਦੀ ਲਾਈਵ ਤਸਵੀਰਾਂ ਦਿਖਾ ਰਿਹਾ ਰਮਨ ਅਰੋੜਾ ਜੀ ਦੀਆਂ
ਨਹੀਂ ਹੈ